26 ਜਨਵਰੀ ਨੂੰ ਲਾਲ ਕਿਲੇ ਸਮੇਤ ਕੁਝ ਥਾਵਾਂ ਤੇ ਹੋਈਆਂ ਹਿੰਸਕ ਝੜਪਾਂ ਨੂੰ ਬੇਵਜਾ ਤੂਲ ਦੇ ਕੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਜਿਸ ਤਰ੍ਹਾਂ ਬਦਨਾਮ ਕੀਤਾ ਜਾਣ ਲੱਗਾ ਹੈ ਉਸ ਦਰਮਿਆਨ ਕੁਝ ਜਾਗਦਿਆਂ ਜ਼ਮੀਰਾਂ ਵਾਲੇ ਲੋਕਾਂ ਨੇ ਇਸ ਨੂੰ ਫਿਰਕੂ ਰੰਗਤ ਦੇਣ ਵਾਲਿਆਂ ਨੂੰ ਸ਼ੀਸ਼ਾ ਵਿਖਾਇਆ ਹੈ ਲਾਲ ਕਿਲੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਨੂੰ ਖਾਲਸਤਾਨੀ ਝੰਡਾ ਕਹਿਣ ਵਾਲਿਆਂ ਦਾ ਮੂੰਹ ਬੰਦ ਕੀਤਾ ਹੈ ਅਤੇ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਨੂੰ ਦੱਸਿਆ ਹੈ ਕਿ ਕੋਈ ਦੁਕਾਨ ਰੇੜੀ ਫੜੀ ਵਾਲਾ ਸਰਕਾਰੀ ਜਾਇਦਾਦ ਜਾਂ ਆਮ ਲੋਕਾਂ ਨੂੰ ਪੜਕੀ ਹੋਈ ਪੀੜ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਪਰ ਚੁਣ ਚੁਣ ਕੇ ਕੁਝ ਸ਼ਰਾਰਤੀ ਤੱਤਾ ਦੀਆਂ ਪੋਟਵਾਂ ਕੱਢ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਣ ਲੱਗਾ ਹੈ ਤਾਂ ਸੋਸ਼ਲ ਮੀਡੀਆ ਤੇ ਬੁਝਾਜਹਿ ਲੋਕ ਵੀ ਹਨ ਜੋ ਅਸਲੀਅਤ ਬਿਆਨ ਕਰ ਰਹੇ ਹਨ ਸ਼ਿਲਪੀ ਸਿੰਘ ਲਿਖਦੇ ਹਨ ਕਿ ਲਾਲ ਕਿਲੇ ਤੇ ਖਾਲੀ ਪੈ ਕਪੂਲ ਤੇ ਬਿਨਾਂ ਤਿਰੰਗੇ ਨੂੰ ਕੋਈ ਨੁਕਸਾਨ ਪਹੁੰਚਾਏ ਸਿੱਖਾਂ ਦੀ ਪਛਾਣ ਨਿਸ਼ਾਨ ਸਾਹਿਬ ਝੰਡਾ ਫੈਰਾ ਦਿੱਤਾ ਗਿਆ ਲੋਕਤੰਤਰ ਦਾ ਅਪਮਾਨ ਹੋ ਗਿਆ ਕਿੱਥੋਂ ਲਿਆਉਂਦੇ ਹੋ ਅਜਿਹਾ ਦੋਗਲਾਪਣ ਪਿੰਕੀ ਚੋਬੇ ਲਿਖਦੇ ਹਨ ਕਿ ਲਾਲ ਕਿਲੇ ਦਾ ਅਪਮਾਨ ਤਾਂ ਉਸ ਦਿਨ ਹੋਇਆ ਸੀ ਜਿਸ ਦਿਨ ਉਸ ਨੂੰ ਵੇਚਿਆ ਗਿਆ ਸੀ ਕਿਸਾਨਾਂ ਨੇ ਤਾਂ ਲਾਲ ਕਿਲੇ ਦਾ ਸਨਮਾਨ ਕੀਤਾ ਹੈ 사ਕੇਤ ਗੋਖਲੇ ਲਿਖਦੇ ਹਨ ਖਾਲੀ ਪੈਪੋਲ ਉਤੇ ਆਪਣਾ ਝੰਡਾ ਫੈਰਾਇਆ ਤਿਰੰਗੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਦਲੀਪ ਮੰਡਲ ਲਿਖਦੇ ਹਨ ਕਿ ਘੱਟ ਤੋਂ ਘੱਟ 2 ਲੱਖ ਟਰੈਕਟਰ ਸਨ ਲੋਕ ਵੀ ਕਾਫੀ ਸਨ ਕਿ ਦਿੱਲੀ ਚ ਇੱਕ ਵੀ ਦੁਕਾਨ ਲੁੱਟੀ ਗਈ ਕਿ ਪਬਲਿਕ ਦੀ ਕੋਈ ਕਾਰ ਟੁੱਟੀ ਕਿ ਕਿਸੇ ਦੇ ਘਰ ਦਾ ਇੱਕ ਵੀ ਫੁੱਲ ਕਿਸੇ ਨੇ ਤੋੜਿਆ ਕਿਸੇ ਕੁੜੀ ਨਾਲ ਛੇੜਖਾਨੀ ਹੋਈ ਕੋਈ ਐਂਬੂਲੈਂਸ ਰੋਕੀ ਗਈ ਉਹ ਹਿੰਸਕ ਲੋਕ ਤਾਂ ਨਹੀਂ ਰਹੇ ਹੋਣਗੇ ਸਰਕਾਰ ਨੇ ਉਹਨਾਂ ਨਾਲ ਪੰਗਾ ਜ਼ਰੂਰ ਲਿਆ ਹੋਵੇਗਾ ਥਾਪ ਪੰਚਾਇਤ ਹਰਿਆਣਾ ਨਾਮੀ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਗੁਰਦੁਆਰੇ ਚ ਫਰੀਦਾ ਕਰ ਖਾਂਦੇ ਸਮੇਂ ਤਾਂ ਸਿੱਖੀਜ਼ਮ ਦੇ ਝੰਡੇ ਤੋਂ ਕੋਈ ਸਮੱਸਿਆ ਨਹੀਂ ਰਾਮ ਮੰਦਰ ਦੀ ਚਾਕੀ ਨਿਕਲ ਸਕਦੀ ਹੈ ਤਾਂ ਨਿਸ਼ਾਨ ਸਾਹਿਬ ਵੀ ਫੜਾਇਆ ਜਾਵੇਗਾ ਲਾਲ ਕਿਲਾ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਭਾਰਤ ਵਿੱਚ ਸਭ ਧਰਮਾਂ ਨੂੰ ਬਰਾਬਰ ਸ਼ੋਟ ਹੈ ਜੈ ਕਿਸਾਨ ਜਾਜਮਾਨ ਪ੍ਰਕਾਸ਼ ਕੇ ਰੇ ਲਿਖਦੇ ਹਨ ਕਿ ਐਡੀ ਵੱਡੀ ਰੈਲੀ ਮੈਂ ਦਿੱਲੀ ਚ 22 ਦਹਾਕਿਆਂ ਚ ਨਹੀਂ ਦੇਖੀ ਛਟਪਟ ਮਾਮਲੇ ਝੜਪਾਂ ਦੇ ਇਲਾਵਾ ਸ਼ਾਂਤੀਪੂਰਨ ਸ਼ਕਤੀ ਪ੍ਰਦਰਸ਼ਨ ਵੀ ਅਜੇ ਹਾਂ ਨਹੀਂ ਦੇਖਿਆ ਧਰਤੀ ਪੁੱਤਰਾਂ ਦਾ ਇਹ ਅੰਦੋਲਨ ਹਰ ਦ੍ਰਿਸ਼ਟੀਕੋਣ ਤੋਂ ਇਤਿਹਾਸਿਕ ਹੈ ਇਹ ਪ੍ਰੇਰਨਾਦਾਇਕ ਹੈ ਆਸ਼ਾਵਾ ਅਤੇ ਆਕਾਸ਼ਾਵਾ ਨੂੰ ਬਲ ਦੇਣ ਵਾਲਾ ਹੈ ਕਿਸਾਨ ਅੰਦੋਲਨ ਜਿੰਦਾਬਾਦ ਦਲੀਪ ਮੰਡਲ ਫਿਰ ਲਿਖਦੇ ਹਨ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਿਨ੍ਹਾਂ ਦੀ ਮੈਮਰੀ ਖਰਾਬ ਨਹੀਂ ਹੈ ਉਹਨਾਂ ਨੂੰ ਯਾਦ ਹੋਵੇਗਾ ਕਿ ਰਾਸ਼ਟਰਪਤੀ ਭਵਨ ਤੇ ਨਰਭਿਆ ਮਾਮਲੇ ਦੇ ਬਾਅਦ ਅੰਦੋਲਨ ਹੋਇਆ ਸੀ ਇਸ ਨੇ ਲੋਕਤੰਤਰਕ ਤਮ ਨਹੀਂ ਹੋ ਗਿਆ ਭਾਰਤੀ ਲੋਕਤੰਤਰ ਦੇ ਦੀਮਕ ਸੱਤਾ ਦੇ ਬਾਹਰ ਨਹੀਂ ਅੰਦਰ ਹਨ ਜਨਤਾ ਤੋਂ ਜਨਤੰਤਰ ਨੂੰ ਕਦੇ ਖਤਰਾ ਨਹੀਂ ਹੁੰਦਾ ਉਹ ਤਾਂ ਪਰਤ ਜਾਣਗੇ ਅਜੇ ਗੋਸ਼ ਲਿਖਦੇ ਹਨ ਕਿ ਵੈਂਡਲਿਜ਼ਮ ਗਲਤ ਹੈ ਸਿਕਿਉਰਿਟੀ ਤੋੜਨਾ ਗਲਤ ਹੈ ਸੰਵਿਧਾਨ ਦਾ ਅਪਮਾਨ ਗਲਤ ਹੈ ਪਰ ਤੁਸੀਂ ਜੇ ਇਹਨਾਂ ਦਾ ਅੰਦੋਲਨ ਨੂੰ ਦੇਖੋ ਤਾਂ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੈ 200 ਦੇ ਕਰੀਬ ਲੋਕ ਮਰ ਚੁੱਕੇ ਹਨ ਸਰਕਾਰ ਹੀ ਸੰਵਿਧਾਨ ਅਤੇ ਗਵਰਨੈਂਸ ਦਾ ਜਲੂਸ ਕੱਢ ਰਹੀ ਹੈ ਇਸ ਦੇ ਇਲਾਵਾ ਧਰੋਵਰਾਠੀ ਨੇ ਵੀ ਇਸ ਦੀ ਹਮਾਇਤ ਕੀਤੀ ਹੈ ਉਸ ਨੇ ਲਿਖਿਆ ਹੈ ਕਿ ਕੁਝ ਕਿਸਾਨ ਮਜ਼ਦਾਰਕਾਰੀਆਂ ਨੇ ਨਿਸ਼ਾਨ ਸਾਹਿਬ ਹੀ ਲਾਲ ਕਿਲੇ ਤੇ ਫੈਰਾਇਆ ਹੈ ਗੁਰਮੀਹਰ ਕੌਰ ਨੇ ਲਿਖਿਆ ਕਿ ਤੁਹਾਡਾ ਭਗਵਾ ਭਗਵਾ ਸਾਡਾ ਭਗਵਾ ਐਂਟੀ ਨੈਸ਼ਨਲ ਲਾਲ ਕਿਲੇ ਦੇ ਤਿਰੰਗੇ ਨੂੰ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ ਤਿਰੰਗਾ ਆਪਣੀ ਥਾਂ ਉੱਪਰ ਹੈ ਨਿਸ਼ਾਨ ਸਾਹਿਬ ਖਾਲਸਤਾਨੀ ਝੰਡਾ ਨਹੀਂ ਹੈ ਤਿਰੰਗਾ ਹਰ ਕਿਸਾਨੀ ਸਟੇਜ ਤੇ ਰਿਹਾ ਹੈ ਲਾਲ ਕਿਲੇ ਦੇ ਵਰਤਾਰੇ ਦੌਰਾਨ ਕੌਮੀ ਝੰਡੇ ਨੂੰ ਕਿਸੇ ਨੇ ਵੀ ਨੁਕਸਾਨ ਨਹੀਂ ਪਹੁੰਚਾਇਆ ਹੈ ਜਦੋਂ ਭਗਵਾ ਧਾਰਿਆ ਨੇ ਮਸਜਿਦ ਤੇ ਭਗਵਾ ਝੰਡਾ ਲਹਿਰਾਇਆ ਕੋਟ ਤੱਕ ਭਗਵੇਂ ਝੰਡੇ ਲਹਿਰਾ ਦਿੱਤੇ ਗਏ ਉਸ ਬਾਰੇ ਕੀ ਕਹੋਗੇ ਜ਼ਿਕਰ ਖਾਸ ਹੈ ਕਿ ਖਾਸ ਤੌਰ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਉਂਦੇ ਮਾਮਲੇ ਨੂੰ ਜਿਸ ਤਰ੍ਹਾਂ ਭਗਵਾ ਧਾਰੀ ਧਰਾਂ ਦਿੱਤੀ ਲਗਾਤਾਰ ਖਾਲਸਤਾਨੀ ਝੰਡਾ ਦਾ ਕੂੜ ਪ੍ਰਚਾਰ ਜਾਰੀ ਹੈ ਤਾਂ ਉਸ ਦਰਮਿਆਨ ਚੁੱਕੇ ਗਏ ਇਹ ਸਵਾਲ ਜਵਾਬ ਮੰਗਦੇ ਹਨ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ